ਸਭਾ ਚੋਣਾਂ 2024 ਦਾ ਆਗਾਜ਼ ਹੋ ਚੁੱਕਾ ਹੈ ਤੇ ਐਤਕੀ ਦੋ ਅਜਿਹੇ ਚਿਹਰੇ ਹੋਣਗੇ ਇਹਨਾਂ ਜਿਹੜੇ 13 ਉਮੀਦਵਾਰ ਵੱਖੋ ਵੱਖ ਪਾਰਟੀਆਂ ਵੱਲੋਂ ਖੜੇ ਕੀਤੇ ਜਾਣਗੇ। ਦੋ ਅਜਿਹੇ ਚਿਹਰੇ ਹੋਣਗੇ ਕਿ ਜਿਹੜੇ ਬਹੁਤ ਹੀ ਚਰਚਾ ਦੇ ਵਿੱਚ ਰਹਿਣਗੇ। ਗੱਲ ਕਰ ਰਹੇ ਹਾਂ ਅੱਜ ਲੋਕ ਸਭਾ ਸੀਟ ਫਿਰੋਜ਼ਪੁਰ ਦੀ। ਫਿਰੋਜ਼ਪੁਰ ਤੋਂ ਜਿਹੜੇ ਦੋ ਅਜਿਹੇ ਚਿਹਰੇ ਲਿਆਉਂਦੇ ਨੇ, ਇੱਕ ਤਾਂ ਲਿਆਂਦਿਆ ਗਿਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਦੇ ਵੱਲੋਂ, ਦੂਜਾ ਲਿਆਂਦਿਆ ਗਿਆ ਬਹੁਜਨ ਸਮਾਜ ਪਾਰਟੀ ਬਸਪਾ ਵੱਲੋਂ। ਪਹਿਲਾਂ ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਦੀ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਸਿਮਰਨਜੀਤ ਸਿੰਘ ਮਾਨ, ਉਹਨਾਂ ਨੇ ਫਿਰੋਜ਼ਪੁਰ ਤੋਂ ਆਪਣਾ ਉਮੀਦਵਾਰ ਬਣਾਇਆ ਭੁਪਿੰਦਰ ਸਿੰਘ ਭੁੱਲਰ ਨੂੰ। ਭੁਪਿੰਦਰ ਸਿੰਘ ਭੁੱਲਰ ਕੌਣ ਹੈ? ਇੱਥੋਂ ਦੇ ਹੀ ਜੱਦੀ ਪੁਸ਼ਤੀ ਰਹਿਣ ਵਾਲੇ ਹੈਗੇ ਨੇ ਇਸ ਇਲਾਕੇ ਦੇ, ਫਿਰੋਜ਼ਪੁਰ ਦੇ। ਅਤੇ ਕਿਹਦੇ ਪਿਤਾ ਨੇ ਉਹ? ਗੈਂਗਸਟਰ ਜੈਪਾਲ ਭੁੱਲਰ ਦੇ। ਜੈਪਾਲ ਭੁੱਲਰ ਉਹ ਗੈਂਗਸਟਰ ਜਿਹੜਾ ਪੰਜਾਬ ਪੁਲਿਸ ਦਾ 10 ਲੱਖ ਦਾ ਇਸ਼ਤਿਹਾਰੀ ਮੁਜਰਮ ਸੀ। 25 ਕੇਸ ਉਸ 'ਤੇ ਅਪਰਾਧਕ ਦਰਜ ਸੀ। 39 ਸਾਲ ਦੀ ਉਮਰ ਸੀ ਅਤੇ 10 ਜੂਨ 2021 ਨੂੰ ਕਲਕੱਤਾ ਦੇ ਵਿੱਚ ਪੰਜਾਬ ਪੁਲਿਸ ਨੇ ਐਨਕਾਊਂਟਰ ਦੌਰਾਨ ਉਹਨੂੰ ਮਾਰ ਦਿੱਤਾ ਸੀਗਾ। ਕਲਕੱਤਾ ਉਹ ਕਿਉਂ ਭੱਜਿਆ ਸੀ? ਲੁਧਿਆਣੇ ਵਿੱਚ 2 ਸਬ ਇੰਸਪੈਕਟਰਾਂ ਨੂੰ ਗੋਲੀਆਂ ਮਾਰ ਕੇ ਉਹ ਭੱਜਿਆ ਸੀਗਾ ਗ੍ਰੇਨ ਮਾਰਕੀਟ ਦੇ ਵਿੱਚ। ਉਸ ਤੋਂ ਬਾਅਦ ਪੰਜਾਬ ਪੁਲਿਸ ਨੂੰ ਲੱਭ ਰਹੀ ਸੀ ਅਤੇ ਕਲਕੱਤਾ ਜਾ ਕੇ ਉਹ ਕਾਬੂ ਆਇਆ ਸੀਗਾ। ਉਹਦੇ ਪਿਤਾ ਜਿਹੜੇ ਕਿ ਖੁਦ ਪੰਜਾਬ ਪੁਲਿਸ ਦੇ ਸੇਵਾ ਮੁਕਤ ਮੁਲਾਜ਼ਮ ਨੇ, ਰਿਟਾਇਰਡ ASI ਹੈਗੇ ਨੇ, ਅਸਿਸਟੈਂਟ ਸਬ ਇੰਸਪੈਕਟਰ ਸਿਮਰਨਜੀਤ ਮਾਨ ਨੇ ਭੁਪਿੰਦਰ ਸਿੰਘ ਭੁੱਲਰ ਨੂੰ ਜਿਹੜਾ ਹੈਗਾ ਉਮੀਦਵਾਰ ਬਣਾਇਆ ਫਿਰੋਜ਼ਪੁਰ ਤੋਂ ਆਪਣੀ ਪਾਰਟੀ ਦਾ। ਪੁੱਤਰ ਦੀ ਮੌਤ ਤੋਂ ਬਾਅਦ ਭੁੱਲਰ ਦੇ ਬਿਆਨ ਵੀ ਸਾਹਮਣੇ ਆਏ ਸੀਗੇ ਕਿ ਮੇਰੇ ਪੁੱਤਰ ਦੇ ਨਾਲ ਧੱਕਾ ਕੀਤਾ ਗਿਆ, ਐਨਕਾਊਂਟਰ ਕਰਕੇ ਜਿਹੜਾ ਉਹਨੂੰ ਮਾਰਿਆ ਗਿਆ। ਐਡਾ ਵੱਡਾ ਉਹ ਗੈਂਗਸਟਰ ਹੈ ਨਹੀਂ ਸੀ ਜਿੰਨਾ ਪੰਜਾਬ ਪੁਲਿਸ ਨੇ ਉਸ 'ਤੇ ਪਰਚੇ ਦੇ ਕੇ ਉਹਨੂੰ ਬਣਾ ਦਿੱਤਾ। ਸਮਾਨਤਾ ਕੀ ਹੈ ਕਿ ਭੁੱਲਰ ਦੇ ਪਿਤਾ ਪੰਜਾਬ ਪੁਲਿਸ ਦੇ ਮੁਲਾਜ਼ਮ ਅਤੇ ਸਿਮਰਨਜੀਤ ਸਿੰਘ ਮਾਨ ਸਾਬਕਾ IPS ਫਾਰਮਰ IPS ਪੰਜਾਬ ਦੇ ਵਿੱਚ ਵੀ ਉਹ ਜਿਹੜੇ SP ਵਰਗੇ ਅਹੁਦਿਆਂ 'ਤੇ ਰਹੇ ਸੀਗੇ। ਹੋ ਸਕਦਾ ਕਦੀ ਨਾ ਕਦੀ ਜਿਹੜਾ ਆਪਣਾ ਭੁਪਿੰਦਰ ਸਿੰਘ ਭੁੱਲਰਾਂ ਨੇ ਮਤਹਿਤ ਹੀ ਰਹੇ ਹੋਣ ਜਦੋਂ IPS ਹੋਣਗੇ। ਸੋ ਜੈਪਾਲ ਭੁੱਲਰ ਦੇ ਜਿਹੜਾ ਪਿਤਾ ਨੂੰ ਟਿਕਟ ਦਿੱਤੀ ਗਈ ਹੈ, ਆਪਾਂ ਕਾਨੂੰਨ ਦੀ ਨਜ਼ਰ ਨਾਲ ਦੇਖੀਏ ਤਾਂ ਇੱਕ ਗੈਂਗਸਟਰ ਦੇ ਪਿਤਾ ਨੂੰ ਟਿਕਟ ਦਿੱਤੀ ਗਈ ਹੈ। ਫਿਰੋਜ਼ਪੁਰ ਦੇ ਲੋਕ ਕਿੰਨਾ ਕੁ ਸਾਥ ਦਿੰਦੇ ਨੇ ਦੇਖਣਾ ਬਾਕੀ ਹੋਏਗਾ। ਇਹਦੇ ਨਾਲ ਹੀ ਗੱਲ ਕਰ ਲਈ ਆਪਾਂ ਦੂਜੇ ਉਮੀਦਵਾਰ ਦੀ। ਦੂਜੇ ਉਮੀਦਵਾਰ ਬਹੁਜਨ ਸਮਾਜ ਪਾਰਟੀ ਬਸਪਾ ਨੇ ਬਣਾਏ ਨੇ। ਕੌਣ ਨੇ? ਸੁਰਿੰਦਰ ਕੰਬੋਜ। ਸੁਰਿੰਦਰ ਕੰਬੋਜ ਕੌਣ ਨੇ? ਜਲਾਲਾਬਾਦ ਤੋਂ ਜਿਹੜੇ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਨੇ ਜਗਦੀਪ ਸਿੰਘ ਗੋਲਡੀ ਕੰਬੋਜ, ਉਹਦੇ ਪਿਤਾ ਹੈਗੇ ਨੇ। ਆਪ ਦੇ ਜਿਹੜੇ ਵਿਧਾਇਕ ਨੇ ਉਹਦੇ ਪਿਤਾ ਨੂੰ ਬਸਪਾ ਨੇ ਟਿਕਟ ਦਿੱਤੀ ਹੈ ਫਿਰੋਜ਼ਪੁਰ ਤੋਂ। ਔਰ ਦੇਖਿਆ ਜਾਵੇ ਪਿਓ ਪੁੱਤਰ ਦੇ ਸੰਬੰਧ ਹਮੇਸ਼ਾ ਚਰਚਾ 'ਚ ਰਹੇ ਨੇ। ਪਿਓ ਪੁੱਤਰ ਦੇ ਵਿੱਚ 36 ਦਾ ਅੰਕੜਾ ਹੈਗਾ। ਈਵਨ ਕਿ ਇੱਕ ਅਕਸਰ ਸੋਸ਼ਲ ਮੀਡੀਆ 'ਤੇ ਇੱਕ ਕਟਿੰਗ ਵੀ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਗੋਲਡੀ ਕੰਬੋਜ ਵੱਲੋਂ ਕਿਹਾ ਜਾਂਦਾ ਕਿ ਮੈਂ ਆਪਣੇ ਪਿਤਾ ਨੂੰ ਆਪਣੇ ਵੱਲੋਂ ਬੇਦਖਲ ਕਰਦਾ, ਉਹ ਜਿਹੜੇ ਸਮਾਜ ਦੇ ਵਿੱਚ ਗੈਰ ਸਮਾਜਿਕ ਗਤੀਵਿਧੀਆਂ ਦੇ ਵਿੱਚ ਜਾਂ ਅਪਰਾਧਿਕ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੈਗੇ ਨੇ, ਇਸ ਕਰਕੇ ਮੈਂ ਉਹਨਾਂ ਨੂੰ ਕੋਈ ਵਾਸਤਾ ਨਹੀਂ ਰੱਖਣਾ ਚਾਹੁੰਦਾ। ਅਤੇ ਉਹਨਾਂ ਨੂੰ ਫਿਰੋਜ਼ਪੁਰ ਤੋਂ ਉਮੀਦਵਾਰ ਬਣਾਇਆ ਗਿਆ। ਗੋਲਡੀ ਕੰਬੋਜ ਨੇ ਖੁਦ ਸੁਖਬੀਰ ਬਾਦਲ ਨੂੰ ਮਾਤ ਦਿੱਤੀ ਸੀਗੀ ਐਤਕੀ ਜਿਹੜੀਆਂ ਵਿਧਾਨ ਸਭਾ 2022 ਦੀਆਂ ਚੋਣਾਂ ਹੋਈਆਂ ਸਨ। ਸੋ ਇਹ ਦੋ ਚਿਹਰੇ, ਗੈਂਗਸਟਰ ਜੈਪਾਲ ਭੁੱਲਰ ਦੇ ਪਿਤਾ ਅਤੇ ਗੋਲਡੀ ਕੰਬੋਜ ਦੇ ਜਿਹੜੇ ਪਿਤਾ ਨੇ ਸੁਰਿੰਦਰ ਕੰਬੋਜ, ਦੋਨੋਂ ਹੁਣ ਆਪਣੇ ਸਿਆਸੀ ਭਾਰੀਆਂ ਦੀ ਸ਼ੁਰੂਆਤ ਕਰਨਗੇ। ਲੋਕ ਕਿੰਨਾ ਕੁ ਸਾਥ ਦਿੰਦੇ ਨੇ, ਨਾਲ ਜੁੜਦੇ ਨੇ, ਦੇਖਣਾ ਬਾਕੀ ਹੋਏਗਾ। ਹੋਰ ਨਵੀਆਂ ਅਤੇ ਤਾਜ਼ੀਆਂ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ। ਹੁਣ ਦਿਓ ਬਲਜੀਤ ਮਰਵਾਹਾ ਨੂੰ ਇਜਾਜ਼ਤ। ਧੰਨਵਾਦ।